ਕਿਵੇਂ ਮਹਿਸੂਸ ਕਰ ਰਹੇ ਹੋ ਹੁਣ ਆਪਰੇਸ਼ਨ ਤੋਂ ਬਾਅਦ? ਹੁਣ ਵੀ ਠੀਕ ਠਾਕ ਹੈ, ਸਾਰਿਆਂ ਨੇ ਮੇਰੀ ਕੇਅਰ ਬਹੁਤ ਕੀਤੀ। ਠੀਕ, ਸਾਨੂੰ ਤਾਂ ਬਹੁਤ ਵਧੀਆ ਮਹਿਸੂਸ ਹੋਇਆ। ਸਾਨੂੰ ਤਾਂ ਐਸਾ ਲੱਗਿਆ ਜੇ ਇਹਨੂੰ ਕੋਈ ਮਤਲਬ ਇਹ ਮਾਰੀ ਇਹ ਮਤਲਬ ਜੁਗੜਾ ਟੁੱਟਿਆ ਹੀ ਨਹੀਂ ਹੁੰਦਾ, ਅੱਜ ਤਾਂ ਸਾਨੂੰ ਇਹ ਮਹਿਸੂਸ ਹੁੰਦਾ ਪਿਆ। ਬਹੁਤ ਵਧੀਆ, ਮਤਲਬ ਡਾਕਟਰ ਸਾਹਿਬ ਇਲਾਜ ਕਰ ਰਹੇ ਨੇ ਅਤੇ ਇਸ ਤਰ੍ਹਾਂ ਹੀ ਅੱਗੇ ਵੀ ਹੋਰ ਵੀ ਮਰੀਜ਼ਾਂ ਦੇ ਇਸ ਤਰ੍ਹਾਂ ਇਲਾਜ ਕਰਦੇ। ਐਜ ਏ ਆਰਥੋਪੀਡੀਸ਼ੀਅਨ ਮੈਂ ਹਾਂ, ਹੱਡੀਆਂ ਦੇ ਜੋ ਵੀ ਰਿਲੇਟਡ ਆਪਰੇਸ਼ਨ ਹੈ ਸਾਰੇ ਮੈਂ ਕਰ ਰਿਹਾ। ਟਰੋਮਾ ਹੈ ਚਾਹੇ ਰਿਪਲੇਸਮੈਂਟ ਹੈ, ਨਹੀਂ ਰਿਪਲੇਸਮੈਂਟ ਸ਼ੋਲਡਰ ਹਿਪ ਜੋ ਵੀ ਹੈ ਸਾਰੇ ਕਰ ਰਹੇ ਹਾਂ, ਕਿਉਂਕਿ ਇਸ ਮਹੀਨੇ ਅਸੀਂ ਈ ਸੀ ਐੱਚ ਐੱਸ ਦੀ ਜਿਹੜੀ ਸਕੀਮ ਸੀ ਉਹਦੇ ਦੌਰਾਨ ਵੀ 3 ਗੁੱਟਨੇ ਬਦਲੇ ਹੈ। ਅਬੋਹਰ ਦੇ ਸਾਈਥ ਸਦਨ ਰੋਡ ਉੱਪਰ ਬਣੇ ਵੀ ਕੇਅਰ ਹੋਸਪਿਟਲ ਵਿੱਚ ਹਰ ਰੋਜ਼ ਹੱਡੀਆਂ ਜੋੜਾਂ ਅਤੇ ਗੋਡਿਆਂ ਦੇ ਇਲਾਜ ਕੀਤਾ ਜਾ ਰਿਹਾ ਹੈ। ਇਸ ਹਸਪਤਾਲ ਵਿੱਚ ਉਹ ਕੇਸ ਵੀ ਬੜੀ ਸਾਵਧਾਨੀ ਨਾਲ ਕੀਤੇ ਜਾ ਰਹੇ ਨੇ ਜਿਨ੍ਹਾਂ ਨੂੰ ਕਈ ਡਾਕਟਰ ਹੱਦ ਤੱਕ ਨਹੀਂ ਲਾਉਂਦੇ। ਇਸ ਤੋਂ ਇਲਾਵਾ ਹਸਪਤਾਲ ਵਿੱਚ 90 ਸਾਲਾਂ 80 ਸਾਲਾਂ ਬਜ਼ੁਰਗਾਂ ਦੇ ਗੋਡਿਆਂ ਦੇ ਆਪਰੇਸ਼ਨ ਵੀ ਸਫਲਤਾਪੂਰਵਕ ਕੀਤੇ ਜਾ ਚੁੱਕੇ ਹਨ। ਅਬੋਹਰ ਵਿੱਚ ਪਹਿਲਾਂ ਗੋਡੇ ਕੁੱਲੇ ਆਦਿ ਦੇ ਆਪਰੇਸ਼ਨ ਨਹੀਂ ਹੁੰਦੇ ਸੀ ਅਤੇ ਲੋਕਾਂ ਨੂੰ ਮਹਿੰਗਾ ਇਲਾਜ ਕਰਾਉਣ ਲਈ ਦੂਸਰੇ ਸ਼ਹਿਰਾਂ 'ਚ ਜਾਣਾ ਪੈਂਦਾ ਸੀ ਜਿੱਥੇ ਪੈਸੇ ਅਤੇ ਸਮੇਂ ਦਾ ਨੁਕਸਾਨ ਹੋ ਰਿਹਾ ਸੀ। ਪਰ ਹੁਣ ਇਹ ਸੁਵਿਧਾ ਵੀ ਕੇਅਰ ਹੋਸਪਿਟਲ ਵਿੱਚ ਮਿਲ ਰਹੀ ਹੈ ਅਤੇ ਉਹ ਵੀ ਬਹੁਤ ਘੱਟ ਰੇਟਾਂ ਉੱਪਰ। ਇਸ ਤੋਂ ਇਲਾਵਾ ਈ ਸੀ ਐੱਚ ਐੱਸ ਸਕੀਮਾਂ ਤਹਿਤ ਫੌਜੀਆਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਸਤਾ ਅਤੇ ਵਧੀਆ ਇਲਾਜ ਮਿਲ ਰਿਹਾ ਹੈ। ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਵੀ ਕੇਅਰ ਹੋਸਪਿਟਲ ਦੇ ਡਾਕਟਰ ਵਰਿੰਦਰ ਚੌਧਰੀ ਨੇ ਦੱਸਿਆ ਕਿ ਉਹਨਾਂ ਦਾ ਟੀਚਾ ਲੋਕਾਂ ਨੂੰ ਵਧੀਆ ਅਤੇ ਸਸਤਾ ਇਲਾਜ ਦੇਣਾ ਹੈ ਅਤੇ ਹੁਣ ਲੋਕ ਹੋਸਪਿਟਲ ਦੀਆਂ ਸੇਵਾਵਾਂ ਦਾ ਲਾਭ ਉਠਾ ਰਹੇ ਹਨ। ਉਹਨਾਂ ਨੇ ਦੱਸਿਆ ਕਿ ਹੱਡੀਆਂ ਤੋਂ ਇਲਾਵਾ ਔਰਤਾਂ ਸੰਬੰਧਿਤ ਰੋਗਾਂ ਦਾ ਇਲਾਜ ਡਾਕਟਰ ਸੁਪ੍ਰਿਆ ਚੌਧਰੀ ਕਰ ਰਹੇ ਨੇ। ਉਹਨਾਂ ਨੇ ਦੱਸਿਆ ਕਿ ਜਲਦ ਹੀ ਬੱਚੇਦਾਨੀ ਦੇ ਰਸੋਲੀ ਦੇ ਆਪਰੇਸ਼ਨ ਕੈਂਪ ਵੀ ਹੋਸਪਿਟਲ ਵਿੱਚ ਲਗਾਏ ਜਾਣਗੇ। ਆਹ ਸੱਟ ਲੱਗੀ ਹੈ ਜੀ, ਕਰੈਕ ਹੋਈ ਜੀ। ਅੱਛਾ ਜੀ, ਚੁਗਣੇ ਦਾ ਆਪਰੇਸ਼ਨ ਹੋਇਆ ਤੁਹਾਡਾ? ਹਾਂਜੀ, ਵਧੀਆ ਕੀਤਾ। ਮੈਨੂੰ ਭੋਰਾ ਪੀੜ ਨਹੀਂ, ਦਰਦ ਨਹੀਂ ਹੋਈ, ਕੋਈ ਤਕਲੀਫ ਨਹੀਂ ਹੋਈ? ਨਾ, ਕੁਛ ਤਕਲੀਫ ਨਹੀਂ ਹੋਈ। ਠੀਕ ਹੈ, ਕਿਵੇਂ ਮਹਿਸੂਸ ਕਰ ਰਹੇ ਹੋ ਹੁਣ ਆਪਰੇਸ਼ਨ ਤੋਂ ਬਾਅਦ? ਹੁਣ ਵੀ ਠੀਕ ਠਾਕ ਹੈ, ਸਾਰਿਆਂ ਨੇ ਮੇਰੀ ਕੇਅਰ ਬਹੁਤ ਕੀਤੀ। ਠੀਕ ਹੈ, ਆਪਾਂ ਇਹ ਕਹਿ ਸਕਦੇ ਹਾਂ ਵੀ ਕੇਅਰ ਦੇ ਵਿੱਚ ਬਹੁਤ ਵਧੀਆ ਕੇਅਰ ਹੁੰਦੀ ਹੈ। ਹਾਂਜੀ, ਠੀਕ, ਮੈਨੂੰ ਤਾਂ ਜਿਵੇਂ ਮੇਰੇ ਬੱਚੇ ਹੀ ਨੇ ਸਾਰੇ। ਠੀਕ ਹੈ। ਦਾਦਾ ਮੇਰਾ ਅਮਰੀਕ ਸਿੰਘ। ਅਮਰੀਕ ਜੀ, ਮਾਤਾ ਜੀ ਦੀ ਉਮਰ ਕਿੰਨੀ ਹੋਣੀ ਹੈ? 80 ਦੀ ਏਜ ਦੀ ਰਿਲੇਟਡ ਹੋਊਗੀ। ਅਸੀਂ ਠੀਕ ਹੋ ਗਏ। ਠੀਕ ਹੈ ਜੀ। ਹਾਂ, ਅਤੇ ਤੁਸੀਂ ਵੀ ਕੇਅਰ ਲੈ ਕੇ ਆਏ, ਉਹ ਕਿਵੇਂ ਦਾ ਟ੍ਰੀਟਮੈਂਟ ਮਿਲਿਆ? ਸਾਨੂੰ ਤਾਂ ਬਹੁਤ ਵਧੀਆ ਮਹਿਸੂਸ ਹੋਇਆ। ਸਾਨੂੰ ਤਾਂ ਐਸਾ ਲੱਗਿਆ ਵੀ ਇਹਨੂੰ ਕੋਈ ਮਤਲਬ ਇਹ ਬਿਮਾਰੀ ਇਹ ਮਤਲਬ ਜੁਗੜਾ ਟੁੱਟਿਆ ਹੀ ਨਹੀਂ ਹੁੰਦਾ, ਅੱਜ ਤਾਂ ਸਾਨੂੰ ਇਹ ਮਹਿਸੂਸ ਹੁੰਦਾ ਪਿਆ। ਅਤੇ ਬਾਕੀ ਜਿਹੜਾ ਸਟਾਫ ਹੈ ਇਹਨਾਂ ਬਹੁਤ ਕੇਅਰ ਕੀਤੀ ਹੈ, ਸਾਨੂੰ ਆਵਾਜ਼ ਮਾਰਨ ਦੀ ਲੋੜ ਹੀ ਨਹੀਂ ਪਈ, ਗੱਲ ਮੰਗ ਨਹੀਂ ਕਰਦੀ। ਠੀਕ ਹੈ ਨਾ, ਬੱਚੀਆਂ ਵੀ ਰਾਤ ਨੂੰ ਸਵੇਰੇ ਬੱਚੇ ਨੇ, ਡਾਕਟਰ ਸਾਹਿਬ ਦਾ ਪਿਓ ਬਹੁਤ ਵਧੀਆ, ਉਸ ਤੋਂ ਵੀ ਸਾਨੂੰ ਮਤਲਬ ਇਹ ਮਹਿਸੂਸ ਨਹੀਂ ਹੋਇਆ ਵੀ ਡਾਕਟਰ ਸਾਹਿਬ ਨੇ ਵੀ ਉਹ ਆਪਣੇ ਪਰਿਵਾਰ ਤਰ੍ਹਾਂ ਹੀ ਸੀ। ਠੀਕ ਹੈ। ਹਾਂਜੀ, ਕੀ ਦਿੱਕਤਾਂ ਕੀ ਆ ਰਹੀਆਂ ਸੀ ਇਹਨਾਂ ਨੂੰ? ਸੁਣਿਆ ਵੀ ਸ਼ੂਗਰ ਵਗੈਰਾ ਜ਼ਿਆਦਾ ਸੀ, ਕਿਤੇ ਕਈ ਹੋਸਪਿਟਲਾਂ ਨੇ ਮਨਾ ਕਰਤਾ ਸੀ ਆਪਰੇਸ਼ਨ? ਹਾਂ ਹਾਂ, ਪਹਿਲਾਂ ਗਏ ਇੱਕ ਦੋ ਥਾਂ ਗਏ ਸੀ ਅਤੇ ਉਹ ਕਹਿੰਦੇ ਵੀ ਸ਼ੂਗਰ ਜ਼ਿਆਦਾ ਹੈ, ਸ਼ੂਗਰ ਅੱਗੇ ਤਾਂ ਹੋਣੀ ਸੀਗਾ, ਫਿਰ ਇੱਥੇ ਲੈ ਜਾਂਦੇ ਇਹਨਾਂ ਨੇ ਐਡਮਿਟ ਕਰ ਲਿਆ ਅਤੇ ਜਿਹਦੇ ਆਪਰੇਸ਼ਨ ਹੋ ਗਿਆ। ਅਤੇ ਸਾਨੂੰ ਤਾਂ ਮਹਿਸੂਸ ਨਹੀਂ ਹੋਇਆ ਆਪਰੇਸ਼ਨ ਹੋਇਆ, ਤੁਸੀਂ ਵੇਖ ਹੀ ਲਿਆ ਜਿਹੜੀ ਬਿਲਕੁਲ ਐਂ ਮਹਿਸੂਸ ਹੁੰਦਾ ਵੀ ਠੀਕ ਹੈ, ਵੀ ਜੈ ਨਹੀਂ ਹੋਣੀ ਜੀ ਆਪਰੇਸ਼ਨ ਹੋਇਆ ਹੀ ਨਹੀਂ, ਸਾਨੂੰ ਤਾਂ ਐਂ ਮਹਿਸੂਸ ਹੁੰਦਾ ਹੈ। ਠੀਕ ਠੀਕ ਹੈ ਨਾ। ਹਾਂ, ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ? ਮੈਂ ਤਾਂ ਬਹੁਤ ਥੈਂਕਸ ਕਰਨਾ ਚਾਹੁੰਦਾ ਡਾਕਟਰ ਸਾਹਿਬ ਨੂੰ, ਸਾਰੇ ਸਟਾਫ ਨੂੰ, ਤੁਹਾਨੂੰ ਵੀ ਨਾਲ ਹੀ। ਠੀਕ ਹੈ ਨਾ। ਹਾਂ ਠੀਕ ਹੈ। ਹਾਂ ਵਿਕਰਮ, ਕਦੋਂ ਲੈ ਕੇ ਆਏ ਸੀ ਮਾਤਾ ਜੀ ਨੂੰ? ਪਰਸੋਂ ਲੈ ਕੇ ਆਏ ਸੀਗੇ। ਅੱਛਾ ਜੀ। ਪਹਿਲਾਂ ਵੀ ਰਾਈਟ ਵਾਲੀ ਲੈਗ ਦਾ ਆਪਰੇਸ਼ਨ ਹੋਇਆ ਸੀ, ਇੱਥੋਂ ਹੀ ਹੋਇਆ ਸੀ, ਬਹੁਤ ਵਧੀਆ ਹੋਇਆ ਸੀ, ਤਾਂ ਕਰਕੇ ਸਾਨੂੰ ਵਿਸ਼ਵਾਸ ਸੀ ਤਾਂ ਅਸੀਂ ਦੁਬਾਰਾ ਇੱਥੇ ਲੈ ਕੇ ਆਏ ਸੀ ਅਤੇ ਹੁਣ ਦੂਸਰੀ ਦਾ ਵੀ ਬਹੁਤ ਵਧੀਆ ਹੋਇਆ ਜੀ। ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ ਅਤੇ ਉਹਨਾਂ ਦੀ ਟੀਮ ਨੂੰ? ਬਹੁਤ ਵਧੀਆ, ਮਤਲਬ ਡਾਕਟਰ ਸਾਹਿਬ ਇਲਾਜ ਕਰ ਰਹੇ ਨੇ ਅਤੇ ਇਸ ਤਰ੍ਹਾਂ ਹੀ ਅੱਗੇ ਵੀ ਹੋਰ ਵੀ ਮਰੀਜ਼ਾਂ ਦੇ ਇਸ ਤਰ੍ਹਾਂ ਇਲਾਜ ਕਰਦੇ। ਦੇਖੋ, ਐਜ਼ ਏ ਆਰਥੋਪੀਡੀਸ਼ੀਅਨ ਮੈਂ ਹਾਂ, ਹੱਡੀਆਂ ਦੇ ਜੋ ਵੀ ਰਿਲੇਟਡ ਆਪਰੇਸ਼ਨਸ ਹੈ ਸਾਰੇ ਮੈਂ ਕਰ ਰਿਹਾ। ਟਰੋਮਾ ਹੈ ਚਾਹੇ ਰਿਪਲੇਸਮੈਂਟ ਹੈ, ਨਹੀਂ ਰਿਪਲੇਸਮੈਂਟ ਸ਼ੋਲਡਰ ਹਿਪ ਜੋ ਵੀ ਹੈ ਸਾਰੇ ਕਰ ਰਹੇ ਹਾਂ, ਕਿਉਂਕਿ ਇਸ ਮਹੀਨੇ ਅਸੀਂ ਈ ਸੀ ਐੱਚ ਐੱਸ ਦੀ ਜਿਹੜੀ ਸਕੀਮ ਸੀ ਉਹਦੇ ਦੌਰਾਨ ਵੀ 3 ਗੁੱਟਨੇ ਬਦਲੇ ਹੈ। ਉਹਨਾਂ ਦੇ 3 ਗੁੱਟੇ ਬਦਲੇ, ਉਹ ਆਪਦਾ ਸੈਕਿੰਡ ਰਿਪਲੇਸਮੈਂਟ ਦੁਬਾਰਾ ਹੁਣ ਅਗਲੇ ਨੈਕਸਟ ਮੰਥ ਕਰਵਾਉਣਗੇ। 3 ਪੇਸ਼ੈਂਟ ਈ ਸੀ ਐੱਚ ਐੱਸ ਦੇ ਹੋਏ, ਬਾਕੀ ਸਾਰੇ ਟਰੋਮਾ ਹੈ। ਓਲਡ ਏਜ ਰਿਲੇਟਡ ਪੇਸ਼ੈਂਟਸ ਨੇ ਜਿਹੜੇ ਮਤਲਬ ਕਿ ਕਾਫੀ ਸੀਵੀਅਰ ਹਾਈ ਗ੍ਰੇਡ ਰਿਸਕ 'ਤੇ ਸੀ, ਉਹ ਵੀ ਸਾਰੇ ਓਪਰੇਟ ਹੋਏ ਆਪਣੇ ਕੋਲ ਸਾਰੇ ਇਸ ਮਹੀਨੇ। ਬਾਕੀ ਇਸ ਤੋਂ ਇਲਾਵਾ ਆਪਣੇ ਸਰਜਰੀ ਬ੍ਰਾਂਚ ਹੈ, ਉਹ ਵੀ ਹੋ ਰਹੇ ਹੈ, ਲੈਪ ਓਪਰੇਸ਼ਨਸ ਹੋ ਰਹੇ, ਦੂਰਬੀਨ ਨਾਲ ਓਪਰੇਸ਼ਨ ਹੋ ਰਿਹਾ, ਹਰਨੀਆ ਹੋ ਰਿਹਾ, ਪੀਤੇ ਦਾ ਓਪਰੇਸ਼ਨ ਹੋ ਰਿਹਾ, ਕੋਈ ਵੀ ਹੋਰ ਸਰਜਰੀ ਹਾਈਡਰੋਸੀਲ ਪੈਰੀਕੋਸੀਲ ਸਭ ਓਪਰੇਸ਼ਨ ਹੋ ਰਿਹਾ। ਬਾਕੀ ਇਸ ਦੇ ਦੌਰਾਨ ਡਾਕਟਰ ਸੁਪ੍ਰਿਆ ਹੈ ਇੱਥੇ, ਉਹ ਗਾਇਨਕ ਦੇ ਸਾਰੇ ਓਪਰੇਸ਼ਨ ਦੇਖ ਰਹੇ ਹੈ, ਨੋਰਮਲ ਡਿਲੀਵਰੀ, ਸਿਜ਼ੇਰੀਅਨ, ਲੈਪ ਕੋਲ ਉਹ ਲੈਪ ਟੂਬੈਕਟਮੀ ਵਗੈਰਾ ਸਾਰੇ ਓਪਰੇਸ਼ਨ ਦੂਰਬੀਨ ਨਾਲੋਂ, ਬੱਚੇਦਾਨੀ ਦਾ ਓਪਰੇਸ਼ਨ ਵੀ ਦੂਰਬੀਨ ਨਾਲੋਂ ਕਰ ਰਹੇ ਹੈ।
ਮਿਨੀਮਮ ਅਬਡੋਮਨਲ ਵੀ ਕਰਦੇ ਆ ਲੇਕਿਨ ਦੂਜਾ ਵੀ ਕਰ ਰਹੇ ਆ ਵਿਦਆਊਟ ਇਨਸੀਜ਼ਨ ਦੇ ਕੇ ਤਿੰਨ ਟਾਂਕਿਆਂ ਦੇ ਨਾਲ ਵੀ ਸਿਰਫ ਆਪਰੇਸ਼ਨ ਵਿਦਆਊਟ ਟਾਂਕਿਆਂ ਨਾਲ ਵੀ ਉਹ ਸਟੈਕਟਮੀ ਕਰ ਰਹੇ ਆ ਸਰ ਜਦੋਂ ਪ੍ਰਾਈਵੇਟ ਹੋਸਪਿਟਲ ਦੀ ਗੱਲ ਆਉਂਦੀ ਤਾਂ ਲੋਕਾਂ ਨੂੰ ਲੱਗਦਾ ਖਰਚਾ ਬਹੁਤ ਜ਼ਿਆਦਾ ਹੁੰਦਾ ਜੀ ਨਹੀਂ ਇਹੋ ਜਿਹਾ ਕੁਛ ਨਹੀਂ ਹੈ ਮੈਂ ਇਹ ਜੋ ਹੁਣ ਅੱਜ ਆਪਰੇਸ਼ਨ ਤੁਸੀਂ ਅੱਜ ਦੋ ਦੇਖੇ ਆ ਮੈਂ ਲੇਡੀਜ਼ ਦੇ ਜੋੜ ਦੇ ਰਿਲੇਟਿਡ ਦੇ ਇਹ ਜੇ ਅਗਰ ਬਾਹਰ ਜਾ ਕੇ ਆਪਰੇਸ਼ਨ ਕਰਾਉਂਦੇ ਸੀ ਇਹਨਾਂ ਨੂੰ ਆਪ ਖਰਚਾ 70-80 ਹਜ਼ਾਰ ਰੁਪਏ ਦੱਸਿਆ ਗਿਆ ਉਹਨਾਂ ਬਲਕਿ ਉਹਨਾਂ ਦਾ ਹਾਫ ਖਰਚਾ ਲੱਗਿਆ ਇੱਥੇ ਔਰ ਟੋਟਲ ਪੂਰੀ ਟੇਕ ਦੇਖ ਰੇਖ ਵਿੱਚ ਆਪਰੇਸ਼ਨ ਸਹੀ ਟਾਈਮ 'ਤੇ ਹੋ ਗਿਆ ਜਿਹਨਾਂ ਛੁੱਟੀ ਕਰ ਰਹੇ ਸੀ।